ਫਤਿਹਗੜ੍ਹ ਚੂੜੀਆਂ ਵਿਖੇ ਬਾਬਾ ਗੁੱਗਾ ਪੀਰ ਦੀ ਯਾਦ 'ਚ ਧੂਮਧਾਮ ਨਾਲ ਕਰਵਾਇਆ ਗਿਆ ਸਾਲਾਨਾ ਮੇਲਾ। ਮਸ਼ਹੂਰ ਕਵਾਲ ਜੋਤੀ ਨੂਰਾ ਨੇ ਆਪਣੀ ਕਲਾ ਰਾਹੀਂ ਲੋਕਾਂ ਨੂੰ ਕੀਤਾ ਮਨਮੋਹਕ। ਸੁਨੀਲ ਤੁੱਕਲ ਅਤੇ ਨਵੀਸ਼ ਨੰਦਾ ਛੱਬੀ ਨੇ ਕਰਵਾਈ ਪੱਲੇ ਪੱਲੇ ਲੋੜਵੰਦ ਲੋਕਾਂ ਨੂੰ ਵੰਡੇ ਕੰਬਲ। ਦਰਗਾਹ ਦੇ ਸੇਵਾਦਾਰ ਬਾਬਾ ਪਿੰਟੂ ਨੇ ਦਰਗਾਹ ਦੀ ਦੱਸੀ ਮਹੱਤਤਾ। ਵੱਖ ਵੱਖ ਪ੍ਰਕਾਰ ਦੇ ਲਗਾਏ ਗਏ ਲੰਗਰ। ਫਤਿਹਗੜ੍ਹ ਚੂੜੀਆਂ ਕਿਲਾ ਕਲੋਨੀ ਵਿਖੇ ਬਾਬਾ ਗੁੱਗਾ ਪੀਰ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਦਰਗਾਹ ਦੇ ਸੇਵਾਦਾਰ ਬਾਬਾ ਪਿੰਟੂ ਦੀ ਦੇਖ ਰੇਖ ਹੇਠ ਸਾਲਾਨਾ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਭਰ 'ਚੋਂ ਵੱਡੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਦਰਗਾਹ ਦੇ ਭਗਤ ਅਤੇ ਉੱਘੇ ਸਮਾਜ ਸੇਵੀ NRI ਸੁਨੀਲ ਤੁੱਕਲ ਅਤੇ ਨਵੀਸ਼ ਨੰਦਾ ਛੱਬੀ ਵੱਲੋਂ ਦਿੱਤੇ ਗਏ ਗਰਮ ਕੰਬਲ 'ਚੋਂ ਲੋੜਵੰਦ ਲੋਕਾਂ ਨੂੰ ਵੰਡੇ ਗਏ, ਜਿਨ੍ਹਾਂ ਨੇ ਸੁਨੀਲ ਤੁੱਕਲ ਅਤੇ ਨਵੀਸ਼ ਨੰਦਾ ਛੱਬੀ ਨੂੰ ਆਸ਼ੀਰਵਾਦ ਦਿੰਦੇ ਹੋਏ ਉਹਨਾਂ ਦੀ ਬੱਲੇ ਬੱਲੇ ਕਰਵਾਈ। ਇਸ ਮੌਕੇ ਮਸ਼ਹੂਰ ਕਵਾਲ ਜੋਤੀ ਨੂਰਾ ਨੇ ਆਪਣੀ ਕਵਾਲ ਗਾ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਜੋਤੀ ਨੂਰਾ ਨੇ ਕਿਹਾ ਕਿ ਅੱਲਾ ਦੀ ਮਿਹਰਬਾਨੀ ਹੈ ਕਿ ਉਹ ਹੇਠਾਂ ਤੋਂ ਉੱਠ ਕੇ ਉੱਚੇ ਮੁਕਾਮ 'ਤੇ ਪਹੁੰਚੀ ਹੈ। ਇਸ ਮੌਕੇ ਨਵੀਸ਼ ਨੰਦਾ ਛੱਬੀ ਨੇ ਕਿਹਾ ਕਿ ਉਹ ਆਪਣੇ ਵਿਦੇਸ਼ ਰਹਿੰਦੇ ਭਰਾ ਸੁਨੀਲ ਦੁੱਗਲ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਇਸ ਮੇਲੇ ਵਿੱਚ ਵੀ ਲੋੜਵੰਦ ਲੋਕਾਂ ਨੂੰ ਗਰਮ ਕੰਬਲ ਵੰਡੇ ਜਾ ਰਹੇ ਹਨ। ਨਵੀਸ਼ ਨੰਦਾ ਅਤੇ ਮਾਧਵ ਬੇਦੀ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲੱਗ ਹੈ ਉਹਨਾਂ ਦਾ ਨਸ਼ਾ ਛਡਾਉਣ ਲਈ ਸੁਨੀਲ ਤੁੱਕਲ ਦੀ ਸਹਾਇਤਾ ਨਾਲ ਫਤਿਹਗੜ੍ਹ ਚੂੜੀਆਂ ਦੇ SHO ਕਰਨਦੀਪ ਸਿੰਘ ਦੇ ਸਹਿਯੋਗ ਨਾਲ ਆਪਣੇ ਖਰਚੇ 'ਤੇ ਨਸ਼ਾ ਛਡਾਓ ਸੈਂਟਰਾਂ 'ਚ ਉਹਨਾਂ ਨੌਜਵਾਨਾਂ ਨੂੰ ਦਾਖਲ ਕਰਵਾਇਆ ਜਾਵੇਗਾ ਤਾਂ ਜੋ ਉਹ ਨਸ਼ੇ ਦੀ ਲੱਤ ਤੋਂ ਮੁਕਤ ਹੋ ਸਕਣ। ਇਸ ਮੌਕੇ ਵਿਸ਼ਾਲ ਮਸੀਹ ਨੇ ਵੀ ਸੁਨੀਲ ਦੁੱਗਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਮੇਲੇ 'ਚ ਵੱਖ ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਸ਼ਰਮਾ ਸੈਂਟਰੀ ਵਾਲੇ, ਕੰਨੂ ਸ਼ਾਨਣ, ਮਾਸਟਰ ਹਿੰਮਤ ਅਤੇ ਹੋਰ ਵੀ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਦਰਗਾਹ 'ਤੇ ਸੇਵਾ ਕੀਤੀ। ਇਸ ਮੌਕੇ ਫਤਿਹਗੜ੍ਹ ਚੂੜੀਆਂ ਦੇ SHO ਕਰਨਦੀਪ ਸਿੰਘ ਜਿੰਨਾ ਵੱਲੋਂ ਮੇਲੇ ਨੂੰ ਦੇਖਦੇ ਹੋਏ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਫਤਿਹਗੜ੍ਹ ਚੂੜੀਆਂ ਬਾਬਾ ਗੁੱਗਾ ਪੀਰ ਦੀ ਦਰਗਾਹ 'ਤੇ ਹਰ ਸਾਲ ਮੇਲਾ ਧੂਮਧਾਮ ਨਾਲ ਲੱਗਦਾ ਅਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ। ਅੱਜ ਜੋ ਇੱਥੇ ਹਰ ਸਾਲ ਦੀ ਤਰ੍ਹਾਂ ਬਾਬਾ ਪਿੰਟੂ ਜੋ ਕਿ ਇੱਥੋਂ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਦੇਖ ਰੇਖ ਹੇਠ ਜਿਹੜਾ ਮੇਲਾ ਅੱਜ ਕਰਵਾਇਆ ਜਾ ਰਿਹਾ। ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਅਤੇ ਨਤਮਸਤਕ ਹੁੰਦੀਆਂ ਅਤੇ ਇੱਥੇ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਪਿੰਟੂ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਬਾਬਾ ਪਿੰਟੂ ਜੀ ਨਾਲ। ਬਾਬਾ ਜੀ, ਹਰ ਸਾਲ ਇੱਥੇ ਮੇਲਾ ਲੱਗਦਾ ਬਾਬਾ ਗੁੱਗਾ ਪੀਰ ਦੀ ਦਰਗਾਹ 'ਤੇ, ਤੁਸੀਂ ਮੁੱਖ ਸੇਵਾ ਦਾ ਕੀ ਕਹਿੰਦੇ? ਮੈਂ ਤਾਂ ਇਹ ਕਹਿੰਦਾ ਕਿ ਸ਼ਹਿਰ ਵਾਲਿਆਂ ਦਾ ਬੜਾ ਸੰਯੋਗ ਹੈ
ਇਹ ਸੰਯੋਗ ਦੇ ਨਾਲ ਬੜੇ ਬੜੇ ਵੱਡੇ ਕਲਾਕਾਰ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਚੱਲ ਕੇ ਆ ਰਹੀਆਂ ਅਤੇ ਮੁੱਖ ਸੇਵਾਦਾਰ ਦੇ ਨਾਤੇ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ, ਸਾਰੇ ਸ਼ਹਿਰ ਵਾਸੀਆਂ ਦਾ ਜਿਹੜਾ ਸੰਯੋਗ ਦੇ ਰਹੇ ਨੇ, ਅਤੇ ਬਹੁਤ ਬਹੁਤ ਧੰਨਵਾਦ ਗੁਰਦੇਵ ਪੀਰ ਦੇ ਦਰਬਾਰ 'ਤੇ। ਹੋਰ ਲੋਕ ਆਉਣ, ਮਨੋਕਾਮਨਾ ਪੂਰੀਆਂ ਆਪਣੀਆਂ ਕਰਾਉਣ, ਮਲ ਕਿਰਪਾ ਕਰੇ। ਕਿੰਨੀ ਕੁ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ? ਇਹ ਤੇ ਮਤਲਬ ਕਿਹੜਾ ਸੂਬਾ ਹੈ ਜਿਹੜਾ ਨਹੀਂ ਇੱਥੋਂ ਫੇਰ ਦਰਬਾਰ ਨੂੰ ਜਾਣਦਾ ਹੋਣਾ। ਬੜੀ ਮਾਲਕ ਦੀ ਕਿਰਪਾ ਵਾ, ਅੱਜ ਜੋਤੀ ਨੂਰਾਂ ਜੀ ਆ ਰਹੇ ਨੇ, ਕਲਾਕਾਰ ਜਿਹੜਾ ਵੀ ਆ ਵੱਡੇ ਤੋਂ ਵੱਡਾ ਇੱਥੇ ਸੱਦ ਰਹੇ ਆ, ਸਹਿਯੋਗ ਸਾਰੇ ਸ਼ਹਿਰ ਦਾ ਹੀ ਹੈ। ਅਤੇ ਬਾਕੀ ਆਪਣਾ ਜੋ ਵੀ ਆ, ਹਾਂਜੀ ਇਹ ਜੋਤੀ ਨੂਰਾਂ ਜੀ ਸੱਦੇ ਗਏ ਨੇ, ਐਤਕੀ ਪਿਛਲੀ ਵਾਰੀ ਸੁਲਤਾਨਾ ਨਹੀਂ ਸੱਦੇ, ਐਤਕੀ ਜੋਤੀ ਨੂਰਾਂ ਜੀ। ਦੇਖੋ ਜੀ, ਇਸ ਦਰਗਾਹ 'ਤੇ ਆ ਕੇ ਸਭ ਦੀਆਂ ਮਨੋਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ, ਖਾਸ ਕਰਕੇ ਲੋਕ ਦਿਲੋਂ ਆਉਂਦੇ ਨੇ, ਦਿਲੋਂ ਜਿਹੜੀ ਚੀਜ਼ ਮੰਗਦੇ ਉਹ ਸਾਰੀ ਇੱਥੇ ਆ ਕੇ ਪੂਰੀਆਂ ਹੁੰਦੀਆਂ ਨੇ, ਇਸ ਕਰਕੇ ਲੋਕ ਦਿਲੋਂ ਇੱਥੇ ਆ ਕੇ ਪਹੁੰਚ ਕੇ ਆਪਣਾ ਮਨੋਕਾਮਨਾ ਪੂਰੀਆਂ ਕਰਵਾਉਂਦੇ। ਸਾਨੂੰ ਸ਼ਾਂਤੀ ਮਿਲਦੀ, ਬਿਲਕੁਲ ਸ਼ਾਂਤੀ ਮਿਲਦੀ ਜੀ। ਵੇਖੋ ਰੌਣਕ, ਵੇਖੋ ਤੁਸੀਂ ਆਲੇ ਦੁਆਲੇ, ਵੇਖੋ ਕਿੰਨੀ ਰੌਣਕ ਹੈ, ਸਾਰੇ ਮੇਲਾ ਵੇਖਣ ਆਏ ਨੇ ਅਤੇ ਸਾਰੇ ਨਮਸਤਕ ਹੋਣ ਵਾਸਤੇ ਇੱਥੇ ਆਏ ਨੇ ਅਤੇ ਆਪਣੇ ਮਨੋਕਾਮਨਾ ਲੈ ਕੇ ਆਏ ਨੇ। ਪਰ ਇੱਥੇ ਆ ਕੇ ਜਿਹੜਾ ਮਨੋਕਾਮਨਾ ਆਪਣੀ ਮੰਗਦਾ ਉਹਦੀਆਂ ਹਮੇਸ਼ਾ ਹਰ ਵਾਰੀ ਪੂਰੀਆਂ। ਧੰਨ ਧੰਨ ਬਾਬਾ ਗੁੱਗਾ ਪੀਰ ਜੀ ਦਾ ਦਰਬਾਰ ਜਿਹੜਾ ਫਤਿਹਗੜ੍ਹ ਛੂੜੀਆਂ ਦੇ ਵਿੱਚ ਫੁਆਰਾ ਚੌਂਕ ਦੇ ਲਾਗੇ ਆ, ਉੱਥੇ ਬਹੁਤ ਦੇਰ ਤੋਂ ਮਤਲਬ ਦੁਨੀਆ ਆ ਰਹੀ ਆ, ਘੱਟ ਤੋਂ ਘੱਟ 10-15 ਸਾਲ ਹੋ ਗਏ ਨੇ ਮੇਲਾ ਹੁੰਦਿਆਂ ਨੂੰ, ਅਤੇ ਜਿਹੜੀ ਵੀ ਦੁਨੀਆ ਆਉਂਦੀ ਆ ਮਨੋਕਾਮਨਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ, ਦਿਲੋਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ, ਜੋ ਵੀ ਮੁਰਾਦ ਮੰਗਦੇ ਆ ਉਹ ਪੂਰੀ ਹੁੰਦੀ ਆ। ਫਤਿਹਗੜ੍ਹ ਚੂੜੀਆਂ ਦੇ ਵਿੱਚ ਮੇਨ ਦਰਬਾਰ ਆ ਅਤੇ ਸਾਰਾ ਸ਼ਹਿਰ ਲਾਗੇ ਚਾਗੇ ਦੇ ਪਿੰਡ ਆ ਜੋ ਸਾਰੇ ਇਕੱਠੇ ਹੋ ਕੇ ਆਉਂਦੇ ਨੇ ਅਤੇ ਮੱਥਾ ਟੇਕਦੇ ਨੇ, ਅਤੇ ਇੱਥੇ ਕਵਾਲ ਵੀ ਲੱਗਦੇ ਨੇ, ਹੋਰ ਵੀ ਮਤਲਬ ਪ੍ਰੋਗਰਾਮ ਬਹੁਤ ਜ਼ਿਆਦਾ ਹੁੰਦੇ ਨੇ। ਰਣਵੀਰ ਜੀ ਦਾ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਵੇਰ ਦਾ ਲੰਗਰ ਚੱਲ ਰਿਹਾ ਜੀ, ਅਤੇ ਪਾਠ ਸਾਹਿਬ ਆਏ ਨੇ ਅਤੇ ਬਾਕੀ ਕਿਹੜੇ ਕਿਹੜੇ ਕਵਾਲ ਜਿਹੜੇ ਨੇ ਅੱਜ ਇੱਥੇ ਆਪਣਾ ਜ਼ੋਰ ਦਿਖਾ ਰਹੇ? ਕਵਾਲ ਇੱਥੇ ਜੀ ਜੋਤੀ ਨੂਰਾਂ ਜੀ ਆ ਰਹੇ ਨੇ, 10-15 ਮਿੰਟ ਦੇ ਵਿੱਚ ਹਾਜ਼ਰ ਹੋ ਰਹੇ ਨੇ। ਜੈ ਸ਼੍ਰੀ ਰਾਮ ਸਾਰੇ ਨੂੰ, ਮਾਲ ਜੀ ਬਾਬਾ ਗੋਗਾ ਪੀਰ ਦਰਬਾਰ ਦੀ ਲੱਖ ਲੱਖ ਵਧਾਈ, ਸਾਰੇ ਮੇਲੇ ਦੀ ਸਾਰੇ ਲੱਖ ਲੱਖ ਵਧਾਈ ਜੀ ਸਾਰਿਆਂ ਨੂੰ ਜੀ। ਫਤਿਹਗੜ੍ਹ ਚੂੜੀਆਂ ਕਿਲਾ ਕਲੋਨੀ ਜੀ, ਫਤਿਹਗੜ੍ਹ ਚੂੜੀਆਂ ਤਲਾਬ ਵਾਲੇ ਮੰਦਿਰ ਲੰਘ ਰਿਹਾ ਜੀ, ਜਨਮਸ਼ਤਮੀ ਪ੍ਰੋਗਰਾਮ ਆ, ਜੋਤੀ ਨੂਰ ਆ ਰਹੀ ਆ ਜੀ, ਸਾਰੇ ਭੈਣ ਭਰਾ ਆਓ ਦਰਸ਼ਨ ਕਰੋ ਅਤੇ ਆਨੰਦ ਲਓ ਜੀ ਸਾਰੇ ਜੀ, ਸਾਰੇ ਦਰਬਾਰ ਦੇ ਮੱਥਾ ਟੇਕਣਾ ਜੀ, ਲੰਗਰ ਪਾਣੀ ਖੁੱਲ੍ਹਾ ਫੁੱਲ ਭੰਡਾਰਾ ਜੀ ਸਭ ਨੂੰ ਆਉਣਾ ਚਾਹੀਦਾ ਜੀ, ਸਾਰੇ ਲੱਖ ਲੱਖ ਵਧਾਈ ਸਾਰਿਆਂ ਨੂੰ। ਸਾਰੇ ਵੀਰ ਭੈਣ ਭਰਾਵਾਂ ਨੂੰ ਬਾਬਾ ਗੁੱਗਾ ਪੀਰ ਜੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ, ਅਤੇ ਹਰ ਸਾਲ ਦੀ ਤਰ੍ਹਾਂ ਹਰ ਸਾਲ ਇੱਦਾਂ ਹੀ ਇਹ ਪ੍ਰੋਗਰਾਮ ਵੱਧ ਚੜ੍ਹ ਕੇ ਚੱਲਦਾ ਰਹੇ, ਬੜੀ ਮਿਹਰ ਆ ਬਾਬਾ ਜੀ ਦੀ, ਸੰਗਤ ਬੜੀਆਂ ਅਰਦਾਸਾਂ ਕਰਨ ਆ ਰਹੀ ਹੈ ਜੀ, ਬਹੁਤ ਸੰਗਤ ਜਾ ਰਹੀ ਹੈ, ਬਹੁਤ ਆ ਰਹੀ ਆ, ਹੁਣ ਸਭ ਨੂਰਾਂ ਜੀ ਦੀ ਵੇਟ ਕਰਦੇ ਪਏ ਆ, ਅੱਜ ਨੂਰਾਂ ਸਿਸਟਰ ਜੀ ਇੱਥੇ ਆ ਰਹੇ ਆ। ਸਾਡੇ ਨਾਲ ਮੌਜੂਦ ਨੇ ਵਿਸ਼ਵ ਅਤੇ ਮਸ਼ਹੂਰ ਕਵਾਲ ਜੋਤੀ ਨੂਰਾਂ ਜੀ, ਜੋ ਕਿ ਇੱਥੇ ਧੰਨ ਧੰਨ ਬਾਬਾ ਗੁੱਗਾ ਪੀਰ ਜੀ ਦੀ ਦਰਗਾਹ 'ਤੇ ਸਾਲਾਨਾ ਜੋ ਮੇਲਾ ਕਰਵਾਇਆ ਜਾਏ ਉੱਥੇ ਵਿਸ਼ੇਸ਼ ਤੌਰ 'ਤੇ ਆਪਣੀ ਕਲਾ ਦੇ ਚੌੜ ਦਿਖਾਉਣ ਲਈ ਪਹੁੰਚੇ ਨੇ, ਤੁਹਾਡਾ ਸਵਾਗਤ ਹੈ ਜੀ ਦਰਗਾਹ 'ਤੇ ਆਉਣ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਬੁਲਾਇਆ ਦਾਤਿਆਂ ਦੇ ਦਰਬਾਰ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਧੰਨ ਧੰਨ ਬਾਬਾ ਗੁੱਗਾ ਪੀਰ ਜੀ ਦਰਗਾਹ 'ਤੇ ਆਉਣ 'ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ? ਸਾਡਾ ਕੰਮ ਹੀ ਹੈ ਜੀ ਦਰਗਾਹਾਂ 'ਤੇ ਜਾਣ ਦਾ, ਸਾਨੂੰ ਹਮੇਸ਼ਾ ਚੰਗਾ ਹੀ ਲੱਗਦਾ, ਅਤੇ ਦਰਗਾਹਾਂ ਤੋਂ ਜਾਣ ਤੋਂ ਬਿਨਾਂ ਸਾਡਾ ਕੋਈ ਹੋਰ ਕੋਈ ਰਾਹ ਹੀ ਨਹੀਂ, ਅਤੇ ਜਦੋਂ ਵੀ ਜਾਈਦਾ ਦਰਗਾਹਾਂ 'ਤੇ ਜਾਈਦਾ, ਇਹ ਤੁਹਾਨੂੰ ਪਤਾ ਹੀ ਹੈ, ਇਹ ਹਮੇਸ਼ਾ ਚੰਗਾ ਹੀ ਲੱਗਦਾ। ਉਹ ਆਪਾਂ ਸਾਰੇ ਜਦੋਂ ਦਰਬਾਰ 'ਚ ਜਾਂਦੇ ਆਪਾਂ ਨੂੰ ਚੰਗਾ ਹੀ ਲੱਗਦਾ, ਸਕੂਨ ਮਿਲਦਾ, ਉਹ ਤੋਂ ਵੱਡੀ ਕੋਈ ਜਗ੍ਹਾ ਹੀ ਹੈ ਨਹੀਂ, ਨਾ ਉਹਦੇ ਤੋਂ ਵੱਡਾ ਕੋਈ ਸਕੂਨ ਆ, ਨਾ ਉਹਦੇ ਤੋਂ ਵੱਡੀ ਕੋਈ ਪਲੇਸ। ਛੋਟੀ ਉਮਰ ਵੱਡਾ ਮੁਕਾਮ,
ਕਿਸ ਤਰ੍ਹਾਂ ਦਾ ਸਫ਼ਰ ਆ? ਬੜਾ ਅੱਛਾ ਜੀ, ਤੁਹਾਡਾ ਸਾਰਿਆਂ ਸਰੋਤਿਆਂ ਦਾ ਪਿਆਰ ਅਤੇ ਬੜਾ ਚੰਗਾ ਲੰਘ ਰਿਹਾ ਸਫ਼ਰ। ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਰੂਆਤ ਗਾਣੇ ਤੋਂ ਹੀ ਹੋਈ ਹੈ ਜੀ, ਅਤੇ ਗਾਣੇ 'ਤੇ ਖਤਮ ਹੋ ਜਾਣੀ ਬਸ। ਕੁਛ ਕੋਈ ਯਾਦਗਾਰ ਪਲ ਜਿਹੜੇ ਜ਼ਿੰਦਗੀ ਦੇ? ਯਾਦਗਾਰ ਕੋਈ ਪਲ ਨਹੀਂ ਹੈਗੇ, ਸਾਡੇ ਯਾਦਗਾਰ ਸ਼ੁਰੂ ਰੋਜ਼ ਹੀ ਰਹਿੰਦੇ ਆ ਦਰਗਾਹਾਂ 'ਤੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਾਈਦਾ, ਅਤੇ ਯਾਦਗਾਰ ਪਲ ਇਹ ਹਮੇਸ਼ਾ ਰਹਿੰਦੇ ਜੀ। ਜਿਹੜਾ ਅੱਜ ਕੱਲ੍ਹ ਦਾ ਕਲਚਰ ਚੱਲ ਰਿਹਾ ਸਾਡਾ ਪੰਜਾਬੀ ਗਾਣਿਆਂ ਦਾ, ਉਹਨਾਂ ਦੀ ਆਪਣੀ ਸੋਚ, ਤੁਹਾਡਾ ਕਵਾਲ ਦਾ ਤੁਸੀਂ? ਨਹੀਂ, ਤੁਸੀਂ ਕਵਾਲ ਚੁਣਿਆ? ਨਹੀਂ ਉਹ ਨਹੀਂ, ਉਹ ਨਹੀਂ ਹੈ ਜੀ, ਉਹ ਸਾਡੀ ਕੋਈ ਸੋਚ ਨਹੀਂ ਹੈਗੀ ਭਾਈ। ਉਹ ਸਭ ਦਾ ਆਪਣਾ ਆਪਣਾ ਟੇਸਟ ਆ, ਸਭ ਰਾਜੀ ਅਤੇ ਅਸੀਂ ਆਪਣਾ ਕੰਮ ਕਰਦੇ, ਅਸੀਂ ਆਪਣਾ ਕੰਮ ਕਰਦੇ, ਉਹ ਆਪਣਾ ਕਰਦੇ ਨੇ, ਸਭ ਰਾਜੀ ਖੁਸ਼ੀ ਰਹਿਣ। ਛੋਟੀ ਉਮਰੇ ਮੈਂ ਕਵਾਲ ਵੱਲ ਸੋਚ ਚਲੇ ਗਈ? ਨਹੀਂ ਭਾਜੀ, ਸਾਡੇ ਸਾਡੇ ਵਿਰਾਸਤ 'ਚ ਹੀ ਹੈ ਸਾਰੇ, ਸਾਡੇ ਸਾਰੇ ਖਾਨਦਾਨੀ 'ਚ ਹੀ ਹੈ, ਅਸੀਂ ਸਾਰੇ ਕਵਾਲੀ ਗਾਉਂਦੇ ਹਾਂ। ਅਤੇ ਨੌਜਵਾਨ ਪੀੜ੍ਹੀ ਜੋ ਕਿ ਨਸ਼ਿਆਂ ਵੱਲ ਜਾ ਰਹੀ ਹੈ, ਉਹਨੂੰ ਕੋਈ ਮੈਸੇਜ? ਭਾਈ ਚੰਗੇ ਕੰਮ ਕਰੋ, ਬਸ ਠੀਕ ਆ, ਅਸੀਂ ਕਿਸੇ ਨੂੰ ਕੁਛ ਨਹੀਂ ਕਹਿੰਦੇ ਭਾਈ, ਜਿਹਦਾ ਜੀ ਕਰਦਾ ਜੋ ਕਰੀ ਜਾਵੇ, ਜਾਇਦਾਦਾਂ ਦੀ ਬਸ ਹੋਰ ਕੁਛ। ਸਾਡੇ ਨਾਲ ਮੌਜੂਦ ਨੇ ਨਵੀਸ਼ ਨੇਤਾ ਛੱਬੀ ਜੀ, ਜੋ ਕਿ ਅੱਜ ਧੰਤਰ ਬਾਬਾ ਗੁੱਗਾ ਪੀਰ ਦੀ ਦਰਗਾਹ 'ਤੇ ਜੋ ਮੇਲਾ ਕਰਵਾਇਆ ਜਾ ਰਿਹਾ, ਉਸ ਵਿੱਚ ਵੀ ਇਹਨਾਂ ਦਾ ਅਹਿਮ ਯੋਗਦਾਨ ਹੈ, ਅਤੇ ਇਹ ਇਹਨਾਂ ਵੱਲੋਂ ਅੱਜ ਗਰੀਬਾਂ ਨੂੰ ਵੀ ਕੁਝ ਸਹਾਇਤਾ ਦਿੱਤੀ ਜਾ ਰਹੀ ਹੈ। ਗੱਲਬਾਤ ਕਰਦੇ ਹਾਂ ਜੀ, ਤੁਹਾਡਾ ਧੰਤਨ ਬਾਬਾ ਗੁੱਗਾ ਪੀਰ ਵੱਲੋਂ ਜੋ ਕਰਵਾਇਆ ਗਿਆ ਮੇਲਾ ਕਰਵਾਇਆ ਜਾ ਰਿਹਾ, ਉਸ ਵਿੱਚ ਵੀ ਤੁਹਾਡਾ ਅਹਿਮ ਯੋਗਦਾਨ ਆ, ਅੱਜ ਮੇਲੇ 'ਤੇ ਕੀ ਕਹਿੰਦੇ ਹੋ? ਮੇਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਜੈ ਪੀਰਾਂ ਦੀ, ਜੈ ਬਾਬੇ ਦੀ ਜੀ। ਅੱਜ ਸਾਡੇ ਫਤਿਹਗੜ੍ਹ ਵਿੱਚ ਗੁੱਗਾ ਪੀਰ ਦੀ ਜਗ੍ਹਾ ਦਾ ਅੱਜ ਮੇਲਾ ਜੀ, ਅੱਜ ਗੁੱਗਾ ਨੌਮੀ ਹੈ ਜੀ। ਅੱਜ ਸਾਡਾ ਬਹੁਤ ਤਗੜਾ ਮੇਲਾ ਹੁੰਦਾ ਹਰ ਸਾਲ ਦੀ ਤਰ੍ਹਾਂ ਜੀ, ਹੈ ਕਿ ਪ੍ਰਬੰਧਕ ਕਮੇਟੀ ਨੇ, ਗੁੱਗਾ ਪੀਰ ਪ੍ਰਬੰਧਕ ਕਮੇਟੀ ਨੇ ਅੱਜ ਸਾਨੂੰ ਅੱਗੇ ਨਾਲ ਲੈ ਕੇ, ਸਾਡਾ ਸਾਥ ਨਾਲ ਲੈ ਕੇ, ਅਸੀਂ ਦੋਨਾਂ ਦਾ ਸਾਥ ਸਾਡਾ ਜੀ, ਕਮੇਟੀ ਦਾ ਜੀ ਸਾਡਾ ਵੀ, ਅਸੀਂ ਬਹੁਤ ਵਧੀਆ ਮੇਲਾ ਕਰਾ ਰਹੇ ਜੀ। ਜੋਤੀ ਨੂਰਾ ਹੀ ਐਤਕੀ ਇਨਵਾਈਟ ਕੀਤਾ, ਜੋਤੀ ਨੂਰਾ ਹੀ ਸੱਦੀ ਹੈ ਜੀ। ਹਾਂਜੀ, ਸ਼ਹਿਰ 'ਚ ਵੇਖੋ ਜੀ, ਸਾਰਾ ਸ਼ਹਿਰ ਵੇਖਣ ਆ ਰਿਹਾ ਜੀ। ਅਸੀਂ ਗਰੀਬਾਂ ਨੂੰ ਖਾਸ ਤੌਰ 'ਤੇ ਕੰਬਲਾਂ ਦੀ ਸੇਵਾ ਕਰ ਰਹੇ ਹਾਂ, ਇਹ ਸਾਡੇ ਉਹ ਸੁਨੀਲ ਦੁੱਗਲ ਵੱਲੋਂ ਸੇਵਾ ਹੋ ਰਹੀ ਹੈ ਜੀ, ਭਰਾ ਵੱਲੋਂ, ਕੈਨੇਡਾ ਵਾਲੇ ਵੱਲੋਂ, ਅਤੇ ਇੱਦਾਂ ਹੀ ਕਰਦੇ ਰਹਾਂਗੇ, ਇਹਨਾਂ ਦੇ ਨਾਲ ਪੂਰਾ ਸਾਥ ਦੇਵਾਂਗੇ, ਗਾਹ ਹੋਰ ਵੀ ਚੰਗੇ ਕੰਮ ਕਰਾਂਗੇ ਜੀ। ਅੱਜ ਬਹੁਤ ਖੁਸ਼ੀ ਆ, ਬਾਬਾ ਗਿਆਰਾਂ ਖੁਸ਼ ਹੋ ਗਏ ਆ, ਅਸੀਂ ਸਟੇਜ ਬਾਹਰ ਲਾਈ ਸੀ ਜਿਹੜਾ ਸਾਨੂੰ ਕਨਵਰਟ ਕਰਕੇ ਜੀ ਪੈਲਸ ਵਿੱਚ ਕਰਨਾ ਪੈ ਗਿਆ, ਨਹੀਂ ਤਾਂ ਬਹੁਤ ਤਗੜਾ ਸੀ, ਬਹੁਤ ਤਗੜੀ ਸਟੇਜ ਲਾਈ ਸੀ ਅਸੀਂ। ਫਿਰ ਵੀ ਅਸੀਂ ਜਿੰਨਾ ਜ਼ੋਰ ਲੱਗਦਾ ਲਾਉਂਦੇ ਹਾਂ ਜੀ, ਸਾਰਾ ਸ਼ਹਿਰ ਇੱਕ ਵਾਰੀ ਸਿਫਤ ਕਰੂਗਾ ਮੇਲੇ ਦੀ, ਅਤੇ ਗਾਹ ਵੀ ਇੱਦਾਂ ਲੱਗੇ ਰਹਾਂਗੇ ਇਹਨਾਂ ਨਾਲ। ਇਹਦੇ ਵਿੱਚ ਸੁਨੀਲ ਦੁੱਗਲ NRI ਜਿਹੜੇ, ਉਹਨਾਂ ਦਾ ਵੀ ਅਹਿਮ ਯੋਗਦਾਨ ਆ? ਹਾਂਜੀ ਜੀ, ਹਾਂਜੀ, ਉਹ ਲਾਈਵ ਵੀ ਦੇਖ ਰਹੇ ਆ ਜੀ, ਉਹਨਾਂ ਦਾ ਅਹਿਮ ਯੋਗਦਾਨ। ਤੁਹਾਨੂੰ ਮੈਂ ਪਿਛਲੇ ਟੂਰਨਾਮੈਂਟ 'ਤੇ ਵੀ ਆਪਣੀ ਗੱਲ ਹੋਈ ਬਾਰ ਸਾਹਿਬ, ਅਸੀਂ ਚੰਗੇ ਕੰਮਾਂ 'ਚ ਗਾਂਹ ਵੱਧ ਕੇ ਗਾਂਹ ਵਧਾਂਗੇ, ਨਾਲ ਪੂਰਾ ਸਾਥ ਦੇਵਾਂਗੇ, ਮੇਰੇ ਭਰਾ ਨਾਲ ਨੇ, ਸੁਨੀਲ ਦੁੱਗਲ ਨਾਲ ਪੂਰੀ ਸਪੋਰਟ ਹੈ ਮੈਨੂੰ, ਸ਼ਹਿਰ ਵਾਸੀਆਂ ਪੂਰੀ ਸਪੋਰਟ ਆ, ਅਸੀਂ ਇੱਦਾਂ ਹੀ ਵੀਰਾਂ ਛੋਟਿਆਂ ਭਰਾਵਾਂ ਨਾਲ ਮਿਲ ਜੁਲ ਕੇ ਸਾਰੇ ਕੰਮ ਵਧੀਆ ਕਰਾਂਗੇ। ਤੁਹਾਨੂੂੰ ਅੱਗੇ ਦੱਸਿਆ ਸੀ ਗਰੀਬਾਂ ਦੀ ਮਦਦ ਭਜਾਂਗੇ ਨਹੀਂ, ਜਿਹੜੇ ਹੋਰ ਥੋੜ੍ਹੇ ਦਿਨਾਂ 'ਚ ਅਸੀਂ ਕੋਈ ਕੈਂਪ ਵੀ ਲਾ ਰਹੇ ਹਾਂ, ਉਹ ਖੇਡਣ ਆ, ਦੱਸਣਾ ਨਹੀਂ ਇੱਕੜਾ ਕੈਂਪ ਲਾ ਰਹੇ, ਲਾ ਰਹੇ ਹਾਂ ਸੇਵਾ ਇੱਕ ਹੋਰ ਕਰ ਰਹੇ ਹਾਂ ਭਾਈ। ਹਾਂਜੀ, ਥੋੜ੍ਹਾ ਜਿਹਾ ਬੋਰੀ ਦਾ ਮੂੰਹ ਹੋਰ ਖੋਲਿਆ? ਹਾਂਜੀ ਹਾਂਜੀ, ਮਹਾਰਾਜ ਇਹਨਾਂ ਗਰੀਬਾਂ ਲਈ ਬੋਰੀ ਦਾ ਮੂੰਹ ਖੁੱਲ੍ਹੇ ਹੀ ਖੁੱਲ੍ਹੇ ਆ ਜੀ, ਬੜੀ ਬਾਬੇ ਦੀ ਕਿਰਪਾ ਜੀ, ਭਰਾ ਬਾਹਰ ਉੱਥੇ ਦਿਨ ਰਾਤ ਮਿਹਨਤ ਕਰ ਰਿਹਾ, ਅਸੀਂ ਇੱਥੇ ਮਿਹਨਤ ਕਰ ਰਹੇ ਹਾਂ, ਅਸੀਂ ਤੁਹਾਨੂੰ ਅੱਗੇ ਦੱਸਿਆ ਸੀ ਨਾਲੋ ਨਾਲ ਹੀ ਦਸਵੰਧ ਕੱਢੀ। ਹਾਂਜੀ, ਤੁਹਾਨੂੰ ਅੱਗੇ ਦੱਸੇ ਅਸੀਂ ਓਨੇ ਕੁ ਪੈਸੇ ਰੱਖਣੇ ਜਿੰਨੀ ਕੁ ਲੋੜ ਹੈ, ਬਾਕੀ ਅਸੀਂ ਵੰਡ ਦੇਣੇ ਆ ਗਰੀਬਾਂ ਨੂੰ, ਉਹਨੇ ਸਹਾਇਤਾ ਫੁੱਲ ਕਰਾਂਗੇ ਜੀ। ਬਾਕੀ ਮਾਧੋ ਬੇਦੀ ਆਪਣਾ ਭਰਾ ਜੀ, ਇਹਦੇ ਕੋਲ ਵਿਚਾਰ ਲਓ ਸਰ। ਹਾਂਜੀ, ਕੀ ਕਹਿੰਦੇ ਹੋ ਜੀ? ਬਾਠ ਸਾਹਿਬ, ਅੱਜ ਗੁੱਗਾ ਨੌਮੀ ਦਾ ਤਿਉਹਾਰ ਮਨਾਇਆ ਜਾ ਰਿਹਾ, ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ। ਇਹ ਜਿਹੜਾ ਤਿਉਹਾਰ ਹੈ ਸਾਰੇ ਸ਼ਹਿਰ ਦਾ ਸਾਂਝਾ ਤਿਉਹਾਰ ਹੈ, ਇੱਥੇ ਸ਼ਹਿਰ ਦੇ ਹਰ ਘਰ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ, ਅਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਅੱਜ ਜੋਤੀ ਨੂਰਾ ਜੀ ਆ ਰਹੇ ਨੇ, ਉਹਨਾਂ ਦਾ ਲੋਕਾਂ ਦਾ ਬਹੁਤ ਚਾਅ ਹੈ, ਲੋਕ ਇੰਨੀ ਬਾਰਿਸ਼ ਹੋਣ ਦੇ ਬਾਵਜੂਦ, ਹੋਣ ਦੇ ਬਾਅਦ ਵੇਖੋ ਲੋਕਾਂ ਦਾ ਕਿੰਨਾ ਇਕੱਠ ਆ। ਅਤੇ ਸਭ ਤੋਂ ਵੱਡੀ ਗੱਲ, ਸਾਡੇ ਵੱਡੇ ਵੀਰ ਸੁਨੀਲ ਦੁੱਗਲ ਜੀ ਹੋਣਾਂ ਨੇ ਅੱਜ ਕੰਬਲ ਵੰਡ ਰਹੇ ਹਾਂ ਗਰੀਬਾਂ ਦੇ ਲਈ, ਠੀਕ ਹੈ। ਉਹ ਹਮੇਸ਼ਾ ਹੀ ਉਪਰਾਲੇ ਕਰਦੇ ਰਹੇ, ਜਿੱਦਾਂ ਕਿ ਪਹਿਲੇ ਟੂਰਨਾਮੈਂਟ 'ਤੇ ਅਨਾਊਂਸ ਕੀਤਾ ਸੀ ਕਿ ਕੋਈ ਵੀ ਵੀਰ ਨਸ਼ਾ ਛੱਡਣਾ ਚਾਹੁੰਦਾ ਹੋਵੇ, ਆਪਾਂ ਉਹਦੀ ਪੂਰੀ ਸਪੋਰਟ ਕਰਾਂਗੇ। ਨਸ਼ੇ ਤੋਂ ਇਲਾਵਾ ਇਲਾਵਾ ਆਪਾਂ ਉਹਨਾਂ ਦੇ, ਜੇ ਘਰ ਦੇ ਵਿੱਚ ਕੋਈ ਰਾਸ਼ਨ ਲਈ ਕੋਈ ਦਿੱਕਤ ਆਉਂਦੀ ਹੈ, ਆਪਾਂ ਉਹਨਾਂ ਨੂੰ ਵੀ ਲੈ ਕੇ ਦੇਵਾਂਗੇ। ਕੋਈ ਬੱਚਾ ਹੈ, ਗਰੀਬ ਆ, ਉਹ ਪੜ੍ਹਨਾ ਚਾਹੁੰਦਾ ਹੈ, ਅਸੀਂ ਉਹਨਾਂ ਨੂੰ ਕਿਤਾਬਾਂ ਵਰਦੀਆਂ, ਜੇ ਕਿਸੇ ਵੀ ਚੀਜ਼ ਦੀ ਉਹਨਾਂ ਲੋੜ ਆ, ਆਪਾਂ ਉਹਨਾਂ ਨੂੰ ਲੈ ਕੇ ਦੇਵਾਂਗੇ। ਇਹ ਅੱਜ ਬਾਬਾ ਗੁੱਗਾ ਪੀਰ ਦੇ ਉਹਨਾਂ ਨੇ ਇੱਕ ਸਪੈਸ਼ਲ ਸੁਨੇਹਾ ਦਿੱਤਾ ਹੈ ਕਿ ਕਿਸੇ ਵੀ ਗਰੀਬ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਆ,
ਆਪਾਂ ਹਰ ਦਿਹਾੜੇ ਸਾਡੀ ਨੌਜਵਾਨ ਜਿਹੜੀ ਆ ਆਪਣੇ ਇਕੱਠੇ ਆ, ਆਪਾਂ ਪੰਨੂ ਸਾਹਿਬ ਨੇ ਅਹੁਦਾ ਦਿੱਤਾ ਹੈ ਅਤੇ ਆਪਾਂ ਸਾਰਿਆਂ ਨੂੰ ਇੱਕ ਅਪੀਲ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ, ਜੇ ਕਿਸੇ ਨਾਲ ਕੋਈ ਵੀ ਧੱਕਾ ਹੁੰਦਾ ਹੈ ਆਪਾਂ ਉਹਦੇ ਨਾਲ ਆ। ਵੇਖੋ ਇਸ ਟਾਈਮ ਪੁਲਿਸ ਪ੍ਰਸ਼ਾਸਨ ਸਰਦਾਰ SHO ਕਿਰਨਦੀਪ ਸਿੰਘ ਜੀ ਲਾਅ ਐਂਡ ਆਰਡਰ ਨੂੰ ਬਹੁਤ ਵਧੀਆ ਮੇਨਟੇਨ ਕਰ ਰਹੇ ਨੇ। ਵੇਖੋ ਕੋਈ ਵੀ ਗਲਤ ਕੰਮ ਹੁੰਦਾ ਉੱਥੇ ਪਹੁੰਚ ਜਾਂਦੇ ਨੇ। ਹਮੇਸ਼ਾ ਕਿਹਾ ਜਾਂਦਾ ਹੈ ਕਿ ਜਿਹੜੇ SHO ਇਹਨਾਂ ਜਾਂ ਪੁਲਿਸ ਆ ਹਮੇਸ਼ਾ ਕੰਮ ਹੋਣ ਤੋਂ ਬਾਅਦ 'ਚ ਆਉਂਦੀ ਹੈ, ਪਰ ਜਿਹੜੇ ਸਾਡੇ ਅਫਸਰ ਆ ਇਸ ਟਾਈਮ ਦਬੰਗ ਅਫਸਰ ਬਣੇ ਨੇ ਉੱਥੇ ਹਰ ਮੌਕੇ 'ਤੇ ਪਹੁੰਚ ਰਹੇ। ਦੇਖੋ ਬਾਰਿਸ਼ ਹੋਣ ਦੇ ਬਾਵਜੂਦ ਵੇਖੋ ਬਾਰਿਸ਼ ਦੇ ਵਿੱਚ ਆਣ ਕੇ ਸਾਰਾ ਮੁਆਵਜ਼ਾ ਲਿਆ, ਫਿਰ ਇਹਨਾਂ ਨੇ ਆਣ ਕੇ ਇਹਨੂੰ ਮੇਨਟੇਨ ਕੀਤਾ। ਮੈਂ ਤਾਂ ਕਹਿੰਦਾ ਕਿ ਉਹਨਾਂ ਨੂੰ ਹਾਰਟਲੀ ਸਲੂਟ ਆ, ਬਹੁਤ ਬਹੁਤ ਧੰਨਵਾਦ ਬਾਠ ਸਾਹਿਬ। ਬਾਠ ਸਾਹਿਬ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਅਸੀਂ ਟੂਰਨਾਮੈਂਟ 'ਤੇ ਹੀ ਗੱਲ ਕਹੀ ਸੀ ਕਿ ਅਸੀਂ ਨਸ਼ਾ ਛੱਡਣ ਜਿਹਨਾਂ ਨੂੰ ਛੱਡਣਾ ਚਾਹੁੰਦੇ ਉਹਨਾਂ ਦੀ ਮਦਦ ਕਰਾਂਗੇ। ਅਸੀਂ 10 ਤੋਂ 15 ਬੰਦੇ ਘਰਾਂ ਦੇ, ਦੋ ਬੰਦੇ ਮੇਰੇ ਕੋਲ ਵੀ ਹੈਗੇ, ਉਹ ਇੱਕੋ ਮਾਂ ਦੇ ਦੋ ਪੁੱਤ ਆ। ਠੀਕ ਹੈ ਜੀ, ਮੈਂ ਕਹਿੰਦਾ ਕਿ ਤੁਹਾਡੀ ਵੀ ਸੁਣੀ ਜਾਊਗੀ। 10 ਤੋਂ 15 ਜਾਣੇ ਸਾਡੇ SHO ਸਾਹਿਬ ਨੇ ਤਿਆਰ ਕਰ ਲਏ ਆ ਜੀ, ਜਿਹੜੇ ਆਪ ਆਏ ਥਾਣੇ 'ਚ ਕਿ ਸਾਡਾ ਨਸ਼ਾ ਛਡਾਓ, ਉਹਦੇ ਮਾਵਾਂ ਆਈਆਂ, ਉਹਨਾਂ ਦੇ ਪਿਓ ਆਏ ਆ। ਅਸੀਂ ਜੀ ਥੋੜ੍ਹੇ ਦਿਨਾਂ ਦੇ ਵਿੱਚ ਵਿੱਚ 10 ਤੋਂ 15 ਬੰਦੇ ਅਸੀਂ ਸੈਂਟਰ ਕਰ ਦੇ ਰਹੇ ਹਾਂ। ਅਸੀਂ ਇੱਦਾਂ ਹੀ ਘੱਲੀ ਜਾਣੇ, ਹਾਂਜੀ ਦੋ ਤੁਹਾਡੇ ਵੀ ਲਿਖ ਲਏ ਜੀ। ਫਿਰ ਕੀ ਗੱਲ ਕਿ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਅੱਜ SHO ਸਾਹਿਬ ਕਿਰਨਦੀਪ ਸਿੰਘ ਵੱਡਾ ਭਰਾ ਵੀ ਆ ਜੀ ਸਾਡਾ, ਉਹਨੂੰ ਵੱਡਾ ਭਰਾ ਮੰਨਦੇ, ਕੰਮ ਬਹੁਤ ਵਧੀਆ ਕਰ ਰਿਹਾ। 3 ਘੰਟੇ ਹੋ ਗਏ ਆ ਮੀਂਹ ਵਰਦੇ ਜਿੱਥੇ ਆਇਆ ਤਾ ਜੀ, ਠੀਕ ਹੈ। ਰਾਤ ਜਦੋਂ ਤੁਸੀਂ ਮਰਜ਼ੀ ਦੇਖ ਲਿਓ 12, 1 ਵਜੇ, 1 ਵਜੇ, 2 ਵਜੇ ਇੱਥੇ ਫਤਿਹਗੜ੍ਹ ਹੁੰਦਾ, ਉਹ ਫੁੱਲ ਡਿਊਟੀ ਨਿਭਾ ਰਿਹਾ ਜੀ। ਅਸੀਂ ਇੱਦਾਂ ਦੇ ਅਫਸਰ ਨੂੰ ਸਲੂਟ ਮਾਰਦੇ ਕਿ ਇੱਦਾਂ ਦੇ ਅਫਸਰ ਆਣ ਗਾਂ ਵੀ ਸਾਡੇ ਇੱਥੇ ਆਉਣ। ਹਾਂਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਠ ਸਾਹਿਬ ਤੁਹਾਡਾ, ਤੁਸੀਂ ਇਸ ਜਗ੍ਹਾ 'ਤੇ ਆਏ ਔਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮਾਹੌਲ ਆ। ਸਾਰੇ ਹੀ ਫਤਿਹਗੜ੍ਹ ਦੀ ਯੂਥ ਜਿੰਨੇ ਵੀ ਸਾਡੇ ਨੌਜਵਾਨ ਨੇ ਸਾਰੇ ਇਸ ਜਗ੍ਹਾ 'ਤੇ ਮੌਜੂਦ ਨੇ, ਔਰ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਜੋ NRI ਭਰਾ ਸਾਡੇ ਮੇਰੇ ਤੇ ਪਿਤਾ ਸਮਾਨ ਨੇ, ਮੇਰੇ ਫਾਦਰੀ ਨੇ, ਉਹ ਬਹੁਤ ਵਧੀਆ ਯੋਗਦਾਨ ਨਿਭਾ ਰਹੇ ਨੇ ਇਸ ਸ਼ਹਿਰ ਵਾਸਤੇ, ਲੋਕਾਂ ਵਾਸਤੇ। ਤੁਸੀਂ ਦੇਖ ਸਕਦੇ ਬੀਤੇ ਦਿਨਾਂ ਵਿੱਚ ਉਹਨਾਂ ਨੇ ਯੂਥ ਨੂੰ ਇਨਕਰੇਜ ਕਰਨ ਵਾਸਤੇ ਇੱਕ ਟੂਰਨਾਮੈਂਟ ਰਖਾਇਆ, ਜਿਹਦੇ ਵਿੱਚ ਉਹਨਾਂ ਨੇ ਬਹੁਤ ਹੀ ਵੱਡੇ ਇਨਾਮਾਂ ਦੇ ਨਾਲ ਬੱਚਿਆਂ ਨੂੰ ਸਨਮਾਨਿਤ ਕੀਤਾ, ਔਰ ਇਸ ਤਰ੍ਹਾਂ ਹੀ ਉਹਨਾਂ ਦੇ ਸਮਾਜ ਭਲਾਈ ਦੇ ਕੰਮ ਚੱਲਦੇ ਰਹਿਣਗੇ। ਔਰ ਸਾਡੇ ਨਿਵੇਸ਼ ਭਾਜੀ ਜਿਹੜੇ ਗਾੜੀ ਇਲਾਕੇ ਸਾਰੇ ਹੀ ਕੰਮਾਂ ਨੂੰ ਨਿਭਾ ਰਹੇ ਨੇ, ਔਰ ਧੰਨਵਾਦ ਕਰਦੇ ਹਾਂ ਪੂਰੇ ਫਤਿਹਗੜ੍ਹ ਦੇ ਲੋਕਾਂ ਦਾ, ਔਰ ਸਾਡੇ ਪ੍ਰਸ਼ਾਸਨ ਦਾ, SHO ਸਾਹਿਬ ਦਾ, ਔਰ ਪੰਨੂ ਸਾਹਿਬ ਦਾ, ਜੋ ਕਿ ਇਸ ਜਗ੍ਹਾ 'ਤੇ ਵਧੀਆ ਹੀ ਰੋਲ ਨਿਭਾ ਰਹੇ ਨੇ, ਪੂਰੇ ਹਲਕੇ ਨੂੰ ਕਾਮਯਾਬ ਕਰ ਰਹੇ ਨੇ। ਇੰਨਾ ਹੀ ਕਹਿੰਦਾ ਆਪ ਸਭ ਨੂੰ ਧੰਨਵਾਦ। ਕੇਸ਼ਵ ਜੀ, ਸ਼ਬੀਰ, ਮਾਧਵ ਬੇਦੀ, ਵਿਸ਼ਾਲ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ NRI ਸਾਡਾ ਜਿਹੜਾ ਭਰਾ ਹੈ ਸੁਨੀਲ ਦੁੱਗਲ, ਜੋ ਕਿ ਅੱਜ ਫਿਰ ਬਾਬਾ ਦੁੱਗਾ ਪੀਰ ਦੇ ਮੇਲੇ ਉੱਤੇ ਜਿਹੜੀ ਹੈ ਸੇਵਾ ਨਿਭਾ ਰਹੇ ਸੀ, ਉਹਦੇ ਵਿੱਚ ਵੀ ਗਰੀਬਾਂ ਨੂੰ ਲੋੜਵੰਦਾਂ ਵੱਧ ਤੋਂ ਵੱਧ ਜਿਹੜੇ ਕੰਬਲ ਵੰਡ ਰਹੇ ਆ, ਅਤੇ ਹੋਰ ਵੀ ਉਹਨਾਂ ਵੱਲੋਂ ਗਰੀਬਾਂ ਵੱਲੋਂ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ। ਕਮਿਸ਼ਨਰ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਉਹ ਜਿਹੜੇ ਨੇ ਜਿਹੜੇ ਗਰੀਬ ਲੋਕ ਨੇ ਜਾਂ ਲੋੜਵੰਦ ਲੋਕ ਨੇ ਉਹਨਾਂ ਦੀ ਹੋਰ ਵੀ ਸਹਾਇਤਾ ਲਈ ਕੋਈ ਕੈਂਪ ਲਗਾਉਣਗੇ ਜਾਂ ਹੋਰ ਮਦਦ ਲਈ ਕਰਨਗੇ, ਅਤੇ ਨਸ਼ਾ ਛਡਾਉਣ ਲਈ 15 ਜਿਹੜੇ ਉਹਨਾਂ ਨੇ ਅਪੁਆਇੰਟ ਕੀਤੇ ਨੇ ਨੌਜਵਾਨ, ਜਿਨ੍ਹਾਂ ਨੂੰ ਉਹ ਨਸ਼ਾ ਛਡਾਓ ਕੇਂਦਰ ਵਿੱਚ ਦਾਖਲ ਕਰਵਾਉਣ ਜਾ ਰਹੇ ਜਾਂ ਤਾਂ ਜੋ ਨਸ਼ਾ ਛੱਡ ਸਕਣ, ਜੋ ਕਿ ਵਧੀਆ ਉਪਰਾਲਾ। ਉਸ ਵਿੱਚ NRI ਸੁਨੀਲ ਦੁੱਗਲ ਦਾ ਵੀ ਅਹਿਮ ਰੋਲ ਦੱਸਿਆ ਜਾ ਰਿਹਾ। ਇਸ ਲਈ ਸਾਰਿਆਂ ਨੂੰ ਬੇਨਤੀ ਆ ਕਿ ਇਹ ਜਿਹੜਾ ਨਸ਼ਾ ਛਡਾਓ ਕੇਂਦਰ ਵਿੱਚ ਜਮ੍ਹਾਂ ਕਰਾਓ, ਜੇ ਕਿਸੇ ਭੈਣ ਭਰਾ ਵੀਰ ਦਾ ਰਿਸ਼ਤੇਦਾਰ ਜਾਂ ਨੇੜਲਾ ਸਾਥੀ ਕੋਈ ਨਸ਼ਾ ਛਡਾਓ ਕੇਂਦਰ ਵਿੱਚ ਜਾਣਾ ਜੋ ਨਸ਼ਾ ਕਰਦਾ ਹੈ, ਤੇ ਉਹ ਇਹਨਾਂ ਨੂੰ ਪਹੁੰਚ ਕਰਕੇ ਉਹਨਾਂ ਨੂੰ ਆਪਣਾ ਨਾਂ ਲਿਖਾ ਸਕਦਾ ਹੈ। ਤੇ ਇਹ ਅੱਜ ਇੱਥੇ ਮੇਲੇ ਵਿੱਚ ਜੋਤੀ ਨੂਰਾ, ਜੋ ਕਿ ਅਹਿਮ ਕਵਾਲ ਨੇ ਪੰਜਾਬ ਦੇ, ਇੱਥੇ ਆਪਣੀ ਕਲਾ ਦਾ ਜ਼ੋਰ ਦਿਖਾਉਣ ਆਏ ਆ, ਤੇ ਵੱਡੀ ਗਿਣਤੀ ਵਿੱਚ ਇਲਾਕੇ ਵਿੱਚੋਂ ਜਿਹੜੀਆਂ ਇੱਥੇ ਲੋਕ ਤੇ ਆਪਣਾ ਮੇਲੇ ਵਿੱਚ ਉਹਨਾਂ ਨੂੰ ਸੁਣ ਲਈ ਆਏ ਨੇ।